अमृतसर के विधानसभा हलका मजीठा के पिंड तरगढ़ रामपुरा विखे सरपंचनी के पति के कतल के मामले में पुलिस ने 16 घंटे में ही दोषियों को गिरफ्तार किया है। इस संबंधी SHO थाना कत्थू नंगल मोहित कुमार ने दसिया कि यह कतल पुरानी रंजिश के चलद होया सी, जिस विच पुलिस ने दो दोषियों को गिरफ्तार किया है, जबकि दो दोषी पुलिस की गिरफ्त तो बाहर हैं जिन्हों जल्द ही गिरफ्तार कर लिया जाएगा। 28 तरीक नूं जिहड़ा वा अपने सुरजीत सिंह सन ऑफ अमर सिंह वासी तरगढ़ अपने रामपुर ने सानू एक स्टेटमेंट दित्ती सी कि उहदा जिहड़ा ब्रदर है निरंकर सिंह सन ऑफ अमर सिंह वह बेगेवाल तो अपने पिंड तरगढ़ नूं आ रहा सी, जिथे अननोन बंदिया ने उन्हूं जिहड़ा वा गंभीर सट्टा ला के ते उहदा कतल कर दिता, जिस ते मानयोग SSP साहब श्री विक्रमजीत दुग्गल अते मानयोग DSP साहब ਅਤੇ DSP ਜੋਗੀਰਾਜ PBI ਜਿਹੜੇ ਸਾਡੇ ਨੇ ਉਹਨਾਂ ਦੀ SSP ਸਾਹਿਬ ਵੱਲੋਂ ਇੱਕ ਟੀਮ ਬਣਾਈ ਗਈ ਸੀ ਇਸ ਇਨਵੈਸਟੀਗੇਸ਼ਨ ਨੂੰ ਕਰਨ ਵਾਸਤੇ, ਅਤੇ ਪੂਰੀ ਟੀਮ ਨੇ ਹਾਰਡਵਰਕ ਕਰਕੇ 16 ਘੰਟਿਆਂ ਦੇ ਵਿੱਚ ਜਿਹੜੇ ਦੋਸ਼ੀ ਨੇ ਉਹ ਆਈਡੈਂਟੀਫਾਈ ਵੀ ਕਰ ਲਏ, ਅਤੇ ਉਹਨਾਂ ਵਿੱਚੋਂ ਦੋ ਦੋਸ਼ੀ ਅਰੈਸਟ ਵੀ ਹੋ ਚੁੱਕੇ ਹਨ, ਅਤੇ ਦੋ ਜਿਹੜੇ ਨੇ ਉਹਨਾਂ ਨੂੰ ਅਰੈਸਟ ਕਰਨ ਵਾਸਤੇ ਰੇਡ ਕੀਤੇ ਜਾ ਰਹੇ ਹਨ। ਸਰ ਜਿਹੜਾ ਕਤਲ ਕੌਣ ਸੀ ਅਤੇ ਕੀ ਕਾਰਨ ਸੀ ਕਤਲ ਦਾ? ਇਹਨਾਂ ਦੀ ਵਜ੍ਹਾ ਰੰਜਿਸ਼ ਇਹ ਸੀ ਵੀ 2018 ਦੇ ਵਿੱਚ ਮਜੀਠੇ ਥਾਣੇ ਦੇ ਵਿੱਚ ਪੰਚਾਇਤੀ ਜਗ੍ਹਾ ਦਾ ਵਿੱਚ ਕਬਜ਼ਾ ਹੋਣ ਕਰਕੇ ਜਿਹੜਾ ਇਹਦੇ ਵਿੱਚ ਨਾਮਜ਼ਦ ਦੋਸ਼ੀ ਹੈ ਗੁਰਕਿਰਨ ਸਿੰਘ ਪੁੱਤਰ ਸੁਖਚੈਨ ਸਿੰਘ ਉਹਨਾਂ ਦੇ ਖਿਲਾਫ਼ ਜਿਹੜਾ ਵਾ ਉੱਥੇ 447 ਦਾ ਪਰਚਾ ਦਰਜ ਹੋਇਆ ਸੀ, ਜਿਹੜਾ ਕਿ ਹਾਲੇ ਅੰਡਰ ਇਨਵੈਸਟੀਗੇਸ਼ਨ ਹੈ, ਅਤੇ ਉਸੇ ਰੰਜਿਸ਼ 'ਤੇ ਚੱਲਦਿਆਂ ਇਹਨਾਂ ਨੇ ਉਹਨੂੰ ਸੱਟਾਂ ਲਾਉਣ ਦੀ ਕੋਸ਼ਿਸ਼ ਕੀਤੀ ਵੀ ਉਹਨੂੰ ਸੱਟਾਂ ਲੱਗਣਗੀਆਂ, ਬਟ ਸੱਟਾਂ ਜ਼ਿਆਦੀਆਂ ਲਾ ਦਿੱਤੀਆਂ ਇਸ ਕਰਕੇ ਉਹਦੀ ਜਿਹੜੀ ਆ ਮੌਤ ਹੋ ਗਈ ਮੌਕੇ 'ਤੇ। ਸਰ ਕਤਲ 'ਚ ਕਿਹੋ ਜਿਹੇ ਹਥਿਆਰ ਯੂਜ਼ ਕੀਤੇ ਗਏ? ਕਤਲ ਦੇ ਵਿੱਚ ਜਿਹੜੇ ਐਜ਼ ਪਰ ਆਪਣੇ ਉਹਨਾਂ ਦੀ ਸਟੇਟਮੈਂਟ, ਹਾਲੇ ਫਰਦਰ ਜਿਹੜੀ ਇਨਵੈਸਟੀਗੇਸ਼ਨ ਬਕਾਇਆ ਵਾ, ਫਿਲਹਾਲ ਜਿਹੜੀ ਪਰਮਲੀ ਇਨਵੈਸਟੀਗੇਸ਼ਨ ਉਹਦੇ ਵਿੱਚ ਤਾਂ ਇਹਨਾਂ ਨੇ ਬਲੰਟ ਵੈਪਨ ਹੀ ਯੂਜ਼ ਕੀਤੇ ਨੇ, ਉਹ ਬਾਕੀ ਰਿਕਵਰੀ ਹੋਣ ਤੋਂ ਬਾਅਦ ਪਤਾ ਚੱਲੇਗਾ ਵੀ ਉਹ ਕਿਸ ਤਰ੍ਹਾਂ ਦੇ ਵੈਪਨ ਸੀ। ਸਰ ਕਿੰਨੇ ਦੋਸ਼ੀ ਅਤੇ ਕਿੰਨੇ ਗ੍ਰਿਫਤਾਰ ਹੋ ਗਏ? ਇਹਦੇ ਵਿੱਚ 4 ਦੋਸ਼ੀ ਨੇ ਟੋਟਲ, ਜਿਨ੍ਹਾਂ ਵਿੱਚੋਂ 2 ਜਿਹੜੇ ਨੇ ਉਹ ਅਰੈਸਟ ਹੋ ਚੁੱਕੇ ਨੇ, ਗੁਰਕਿਰਨ ਸਿੰਘ ਅਤੇ ਦਲੇਰ ਸਿੰਘ ਬੇਗੇਵਾਲ ਦਾ, ਉਹ ਅਰੈਸਟ ਹੋ ਗਏ ਨੇ, ਅਤੇ 2 ਦੋਸ਼ੀ ਜਿਹੜੇ ਉਹ ਅਰੈਸਟ ਹੋਣ ਵਾਲੇ ਨੇ ਉਹਨਾਂ ਦੇ ਨਾਮ ਹੈਗੇ ਨੇ ਸ਼ਮਸ਼ੇਰ ਸਿੰਘ ਪੁੱਤਰ ਬਲਦੇਵ ਸਿੰਘ ਅਤੇ ਗੁਰਪ੍ਰੀਤ ਸਿੰਘ ਪੁੱਤਰ ਬਲਦੇਵ ਸਿੰਘ, ਇਹ ਤਰਗੜ ਦੇ ਨੇ ਦੋਨੋਂ, ਇਹ ਅਰੈਸਟ ਹੋਣ ਵਾਲੇ ਹੈ। ਜਿਹੜਾ ਗੁਰਕੀਰਤ ਸਿੰਘ ਹੈ ਉਹ ਵੀ ਤਰਗੜ ਪਿੰਡ ਦਾ ਹੀ ਹੈ, ਅਤੇ ਜਿਹੜਾ ਦਲੇਰ ਸਿੰਘ ਹੈ ਸਨ ਆਫ ਲਖਵਿੰਦਰ ਸਿੰਘ ਉਹ ਬੇਗੇਵਾਲ ਪਿੰਡ ਦਾ। ਸਰ ਜਿਹੜਾ ਤੁਸੀਂ ਦੱਸਿਆ ਜਿਵੇਂ ਵੀ ਜਿਹੜਾ ਇੱਕ ਮਾਮਲਾ 2018 'ਚ ਨਾਮਜ਼ਦ ਸੀਗੇ ਜਿਹਦੇ ਵਿੱਚ, ਉਹਦੇ ਵਿੱਚ ਚਾਰੇ ਬੰਦਿਆਂ ਦੇ ਉੱਤੇ ਸੀਗਾ ਇਹ ਪਰਚਾ ਜਿਹੜਾ 2018 ਵਾਲੀ ਦੀ ਗੱਲ ਕਰਦੇ? ਨਹੀਂ, ਉਹ ਅਲੱਗ ਅਲੱਗ ਉਹਦੇ ਵਿੱਚ ਗੁਰਕਿਰਤ ਦੇ ਵੀ ਹੈਗਾ ਵਾ ਪਰਚਾ ਦਰਜ, ਜਿਹੜਾ ਇਸ ਮੁਕੱਦਮੇ ਦਾ ਵੀ ਦੋਸ਼ੀ ਹੈ, ਇੱਕ ਉਹਦਾ ਬ੍ਰਦਰ ਸੀ ਮਨਦੀਪ, ਅਤੇ ਇੱਕ ਉਹਦੇ ਵਿੱਚ ਸ਼ਮਸ਼ੇਰ ਜਿਹੜਾ ਵਾ ਉਹ ਵੀ ਦੋਸ਼ੀ ਸੀ, ਅਤੇ ਉਸ ਤੋਂ ਇਲਾਵਾ 3 ਦੋਸ਼ੀ ਹੋਰ ਸੀਗੇ ਜਿਹੜੇ ਉਹਦੇ ਵਿੱਚ ਹੈਗੇ ਸੀ ਆਪਣੇ ਮੁਕੱਦਮੇ ਦੇ ਵਿੱਚ ਨਾਮਜ਼ਦ। ਅਤੇ ਜਿਹੜੇ ਇਹ ਫਿਰ ਇਹਨਾਂ ਦੇ ਕੋਈ ਯਾਰ ਦੋਸਤ ਆ ਜਾਂ ਕਿਵੇਂ ਫਿਰ ਇਹ ਨਾਲ ਕਿਵੇਂ ਨਾਲ ਰਲਾਇਆ ਜਾਂ ਇਹ ਹਾਲੇ ਤੁਹਾਨੂੰ ਇਸ ਸਟੇਜ 'ਤੇ ਤਾਂ ਅਸੀਂ ਕਲੀਅਰਲੀ ਦੱਸ ਨਹੀਂ ਸਕਦੇ, ਬਾਕੀ ਇੰਟੈਰੋਗੇਸ਼ਨ ਚੱਲ ਰਹੀ ਹੈ, ਜੋ ਵੀ ਆਪਣੇ ਫਰਦਰ ਕੋਈ ਡਿਵੈਲਪਮੈਂਟ ਹੋਏਗੀ ਉਹ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ। ਸਰ ਜਿਹੜੇ ਹੁਣ ਕਿਹੜੀ ਧਾਰਾ ਦੇ ਅਧੀਨ ਇਹਨਾਂ 'ਤੇ ਕਾਰਵਾਈ ਕਰ ਰਹੇ ਜੀ? ਅਸੀਂ ਅੰਡਰ ਸੈਕਸ਼ਨ 302 IPC ਪਰਚਾ ਦਰਜ ਕੀਤਾ ਹੈ, ਬਾਕੀ ਜੋ ਵੀ ਇਨਵੈਸਟੀਗੇਸ਼ਨ 'ਚ ਆਏਗਾ ਉਹਦੇ ਮੁਤਾਬਕ ਜੁਰਮ 'ਚ ਜੋ ਵਾਧਾ ਹੋਣਾ ਪਾਇਆ ਜਾਏਗਾ ਉਹ ਜ਼ਰੂਰ ਕੀਤਾ ਜਾਏਗਾ।